ਸਸਕਾ ਵੀਰ ਜੀ, ਨਾਲੇ ਮੇਰਾ ਨਾਮ ਸੰਦੀਪ ਡੇਫਨ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਸੰਧੂ ਸਾਹਿਬ ਪਹੁੰਚ ਚੁੱਕੇ ਆ ਅਤੇ ਅੱਜ ਬਾਈ ਨੇ ਲੈ 4-5 ਗਾਵਾਂ, ਪਰ ਚੰਗੀ ਗਾਵਾਂ ਲੈ ਕੇ ਆਉਂਦੇ, ਤੁਹਾਨੂੰ ਪਤਾ ਹੀ ਜੀ, ਅਤੇ ਰੇੜੇ ਨਿੱਕੇ ਨਿੱਕੇ ਹੁੰਦੇ ਆ, ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਹੋਰ ਸੁਣਾਓ? ਵਧੀਆ ਹਾਂਜੀ ਹਾਂਜੀ, ਤੁਹਾਨੂੰ ਵੀ ਜੀ ਹੋਰ ਬਸ ਵਧੀਆ ਸੁਣੀ, ਵਧੀਆ ਜੀ, ਵਧੀਆ ਚੱਲ ਰਿਹਾ, ਇਹ ਚੱਲੀ ਜਾਂਦਾ, ਵਧੀਆ ਚੱਲੀ ਜਾਂਦਾ ਸੁਣੀ ਜੀ। ਚਲੋ ਵੀ ਓਨੀਆਂ ਕੁ ਲਿਆਓ, 2-4 ਜਿਹੜੀਆਂ ਵੇਖ ਜਾਣੇ ਵੇ। ਚਲੋ ਕਮੈਂਟ ਦੇ ਮਾੜੇ ਚੰਗੇ ਹੁਣ, ਜੇ ਕਿਸੇ ਦੇ ਘਰ ਹੁਣ ਮੇਰੇ ਕੋਲ ਗਾਂ ਆਈ ਆ ਵਾਪਸ ਆਈ ਵਾਪਸ ਹਾਂਜੀ, ਇੱਥੋਂ ਜੱਬਣ ਕਰਕੇ ਦਿੱਤੀ, ਜੱਬਣ ਹੀ ਉਹਨਾਂ ਘਰ ਜਾ ਕੇ ਸੂਪ ਵੀ ਬੁਖਾਰ ਹੋ ਗਿਆ, ਬੰਦਿਆਂ ਨੇ ਦੱਸਿਆ ਨੀ। ਸੰਦੀਪ ਬੁਖਾਰ ਹੀ ਨਾ ਹੋ ਗਿਆ ਗਾਂ ਨੂੰ, ਉਹਨਾਂ ਨੇ ਵੇਖਿਆ ਹੀ ਨੀ, ਇਲਾਜ ਨੀ ਕਰਾਇਆ, ਵਾਪਸ ਭੇਜ ਦੀ ਵਪਾਰੀ ਦੇ ਘਰ। ਇਹ ਕੰਮ ਨਾ ਕਰਿਆ ਕਰੋ, ਜੇ ਬੰਦੇ ਦਾ ਨੀ ਪਤਾ 1-2 ਦਿਨ ਇਲਾਜ ਕਰਾਓ ਡਾਕਟਰ। ਬਾਕੀ ਸੁਨੀਲ ਜੀ, ਚਲੋ ਤੈਨੂੰ ਮਾੜੀ ਪਾਈ ਦੀ ਵਾਪਸ ਕਰ ਲਈ ਦੀ ਆ, ਚਲੋ ਕੰਮ ਹੈ ਜੀ, ਗਾਂ ਦੱਸ ਕੇ ਦੇ ਦੋ। ਬਿਲਕੁਲ ਜੀ, ਹਾਂ ਤੁਹਾਨੂੰ ਪਤਾ ਮੈਂ ਇੱਦਾਂ ਹੀ ਆਨਲਾਈਨ ਦਾ ਦਿਖਾਈ ਦੀ। ਮਗਰ ਵੱਛਾ ਜੀ, ਤੇ ਆ ਚਵਾ ਜੂ ਵਧੀਆ ਪਰ ਅੱਜ ਨੀ ਹੈਗਾ, ਅੱਜ ਹੈਗਾ 17 ਕਿਲੋ ਦੁੱਧ ਹੈਗਾ ਜੀ। ਠੀਕ ਆ, ਤੇ ਮੁੱਲੇ ਦਾ ਕਰੀਏ ਭਾਵੇਂ 55, ਮੁੱਲ ਕਰੀਏ 56, 50,000 ਦੀ ਦੇਵਾਂਗੇ। ਅੱਪੀ ਛੱਡ ਦੋ, ਤੁਸੀਂ ਦੱਸ ਨਹੀਂ ਅੱਪੀ ਨਹੀਂ ਤੂੰ ਦੱਸ ਨਹੀਂ ਮੇਰੇ 45 ਦੀ ਠੀਕ ਆ। ਚਲੋ ਠੀਕ ਆ, 45,000 ਠੀਕ ਆ, ਠੀਕ ਆ 45,000 ਛੋੜ ਕਰਦੇ ਜੀ, ਠੀਕ ਆ ਲਓ ਜੀ, ਛੋੜ ਫਿਰ ਕਰਦੇ ਨੇ ਬਾਈ ਹੋਣਾਂ ਨੇ, ਤਾਂ ਤੁਸੀਂ ਆਪ ਹੀ ਚੈੱਕ ਕਹਿੰਦੇ ਹੋ। ਚਲੋ ਸੰਧੂ ਸਾਹਿਬ ਪਰਲੀ ਬਿਲਕੁਲ ਸਹੀ ਸਹੀ ਗੱਲ, ਬਿਲਕੁਲ ਜੀ। ਲਓ ਜੀ ਵੇਖੋ ਘਰਾਂ ਦੇ, ਆ ਦੇਖੋ ਲੇਵਾ ਤੇ ਥਣ, ਮੋਟਾ ਮੁੱਠੀ ਵਾਲਾ ਥਣ, ਕਮਾਲ ਦਾ। ਹਾਂਜੀ ਫਿਰ ਬੋਲੋ ਬੋਲੋ ਸੁਨੀਲ ਜੀ, ਇਹਦਾ ਵੀ ਜੋ ਮਰਜ਼ੀ ਕਰੀਏ, ਇਹਦਾ 45,000 ਕਮਾਨ ਕਰ, 40 ਦੀ ਦੇ ਦਾ ਜਾਣ ਦੋ, ਠੀਕ ਚੱਲਣ ਦੋ, ਠੀਕ ਆ। ਲਓ ਜੀ ਵੇਖੀ ਚੱਲੋ ਘਰਾਂ ਦੀ, ਵਿਹੜਾ ਪਰ 3 ਜ਼ਬਰਦਸਤ ਅਤੇ ਬੋਲ ਭਾ, ਬਿਲਕੁਲ ਜਾਇਜ਼ ਕਰਨਾ ਅਤੇ ਅੱਗੇ ਵੀ ਜਾਇਜ਼ ਹੀ ਕੀਤਾ ਅਤੇ ਰਹਿਣਾ ਵੀ ਜਾਇਜ਼ ਹੀ ਆ, ਹੈ ਸੰਧੂ ਸਾਹਿਬ।
ਬੱਚਾ ਹੈ ਨੀ ਇਹ ਹੁਣ 2 ਮਹੀਨੇ ਸੀ 5 ਮਹੀਨੇ ਪਤਾ ਹੀ ਨਹੀਂ ਸਾਲ ਦੀ ਆ ਕਦੋਂ ਦੀ ਆ ਇਹ ਨਹੀਂ ਪਤਾ ਜੀ ਇਹ ਨਹੀਂ ਜੇ ਪਤਾ ਬਿਲਕੁਲ ਜੀ ਇਹਦੇ ਘਰ ਜਾ ਕੇ ਬੋਲ ਪੇ ਉਹ ਲਾਮਾ ਨਾ ਦੇਵੇ ਕੋਈ ਨਾ ਸਹੀ ਸਹੀ ਗੱਲ ਆ ਦੇਖੋ ਜੀ ਨਾ ਆਪਾਂ ਸੁਣੀ ਵੇਖੀ ਜੇ ਨਾ ਆਪਾਂ ਸਵਾਈ ਜੇ ਬਾ ਠੀਕ ਆ ਹਾਂ ਦੁੱਧ ਜਿਹੜਾ ਹੈਗਾ ਜੀ 8-9 ਕਿਲੋ 8-9 ਕਿਲੋ ਹਾਂ ਚਲੋ ਹਾਂਜੀ 8-9 ਕਿਲੋ ਵਾਲੀਆਂ ਸਿੰਨੀ ਜੀ 25,000 ਦੀ ਹੋ ਜੇ ਹੂੰ ਤੁਸੀਂ ਦੱਸ ਦਿਓ ਨਹੀਂ ਹੋ ਜਾਣ ਦਿਓ ਤੁਸੀਂ ਦੇ ਦਿਓ 20 ਨਹੀਂ ਹਾਂ 17,000 15 ਦੀ ਹਾਂ ਨਾ 15 ਦੀ ਹੋ ਜੂਗੀ ਲਓ ਦੇ ਦਾਂਗੇ ਇਹ ਦੇ ਲੈ ਤੇ ਸੰਧੂ ਸਾਹਿਬ ਦਾ ਇਹ ਗੁਰਮੇ ਧਰਤੀ ਆ ਇੱਥੇ 8-9 ਕਿਲੋ ਦੁੱਧ ਵੀ ਜੇ ਇਹ ਦੇ ਲੈ ਖੁੱਲੀਆਂ ਛੋਟਾਂ ਹੀ ਹੁੰਦੀਆਂ ਸੰਧੂ ਸਾਹਿਬ ਸਹੀ ਹੈ ਕਿ ਨਹੀਂ ਇਹ ਪੁਰਾਣੇ ਆ ਗਏ ਪੁਰਾਣੇ ਬਹੁਤ ਪੁਰਾਣੇ ਸੰਧੂ ਸਾਹਿਬ ਹੋਰ ਅਸੀਂ ਪੱਗ ਪੁੱਗ ਬੰਨ੍ਹਦੇ ਸੀ ਯਾਰ ਹੁਣ ਬੰਨਿਆ ਕਰੋ ਚਲੋ ਸੁਨੀਤੀ ਅਗਲੀ ਵੀਡੀਓ 'ਚ ਹੁਣ ਵੀ ਪਰਨਾ ਸ਼ੁਰੂ ਕਰ ਦਾਂਗੇ ਪਤਾ ਕਿ ਹਾਂ ਉਦੋਂ ਬੜੇ ਵਧੀਆ ਲੱਗਦੇ ਸੀ ਹੁਣ ਮੈਂ ਪੱਗ ਠੋਕ ਠਾਕ ਕੇ ਬੰਨ੍ਹਦੇ ਸੀ ਹਾਂ ਐਂ ਰੱਖੋ ਬੰਨਿਆ ਕਰਾਂਗੇ ਪਰਨਾ ਫੇਰ ਬਸ ਵਾਹ ਵਾਹ ਉਹੀ ਟਾਈਮ ਨੇੜੇ ਲਈ ਹੈ ਕਿ ਨਹੀਂ ਚਲੋ ਚਲੋ ਬਾਕੀ ਇੱਥੇ ਆ ਕੇ ਮੇਰਾ ਵੀਰ ਆਪਣੇ ਇੱਥੇ ਤਸੱਲੀ ਕਰੇ ਇੱਕ ਟਾਈਮ ਦੋ ਟਾਈਮ ਕੋਈ ਆਪਣੀ ਤਸੱਲੀ ਕਰਕੇ ਖੜੇ ਕੋਈ ਇਹੋ ਜਿਹੀ ਗੱਲ ਨਹੀਂ ਬਾਕੀ ਨਾਂ ਸੁਖ ਸੰਧੂ ਜੇ 86-46-72 ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਚਾਟੀ ਪਿੰਡ ਨਹਿਰ ਹੈ ਜੀ ਆਪਣਾ ਹਾਂਜੀ ਹਾਂ ਪਰ ਆਪਣੇ ਪੁਰਾਣਾ ਤਰਨ ਤਾਰਨ ਰੋਡ ਆ ਚਾਟੀ ਪਿੰਡ ਨਹਿਰ ਪੈਂਦਾ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ਹੀਦਾਂ ਸਾਹਿਬ ਗੁਰਦੁਆਰਾ ਵਾ ਠੀਕ ਆ ਉਹਦੇ ਨੇੜੇ ਹੈ ਜੀ ਆਪਣਾ ਚਲੋ ਬਾਕੀ ਨੰਬਰ ਹੁੰਦਾ ਬਾਈ ਜਾਣਾ ਹਾਂਜੀ 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 ਗੱਲ ਕਰੋ ਇੱਥੇ ਬਾਕੀ ਕਹਿੰਦੇ ਆਉਣਾ ਵੀ ਜੀ ਫੋਨ ਕਰਕੇ ਆਇਆ ਕਰੋ ਬਿਲਕੁਲ ਹਾਂ ਪਸ਼ੂ ਕਿਉਂਕਿ ਆਪਣੇ ਕੋਲ ਕਿਸੇ ਵੇਲੇ ਇਹੀ ਘਰ ਨਹੀਂ ਮਿਲਦੇ ਬਾਹਰ ਪਸ਼ੂ ਲੈਣ ਚਾਹੀਦਾ ਵਾ ਹਾਂਜੀ ਕੋਈ ਫੋਨ ਕਰਕੇ ਆਇਆ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਹੈ ਜੀ ਬਾਜੀ ਫਿਰ